ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਕਮਲਪ੍ਰੀਤ ਸਿੰਘ ਆਓ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਜੋ ਲੋਕ ਕਸ਼ਮੀਰ 'ਚ ਨੌਜਵਾਨਾਂ ਨੂੰ ਭੜਕਾ ਰਹੇ ਹਨ ਉਹਨਾਂ ਨੂੰ ਜਵਾਬ ਦੇਣਾ ਪਏਗਾ ਮਨ ਕੀ ਬਾਤ 'ਚ ਕਸ਼ਮੀਰ ਮੁੱਦੇ ਤੇ ਕਿਹਾ ਨਰਿੰਦਰ ਮੋਦੀ ਨੇ ਛੋਟੇਪੁਰ ਨੂੰ ਮਿਲਿਆ ਸੁਖਪਾਲ ਸਿੰਘ ਖਹਿਰਾ ਦਾ ਸਾਥ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾਣ ਸੰਬੰਧੀ ਪ੍ਰਗਟਾਈ ਅਸਹਿਮਤੀ ਕੈਪਟਨ ਦੇ ਦੋਸ਼ਾਂ ਦਾ ਵੀ ਦਿੱਤਾ ਜਵਾਬ आप वालों फंडा की दुरवरतों करन दे छोटेपुर के खुलासिया मगरों बीर दविंदर ने आप आगुओं खिलाफ केस दर्ज करन दी कीती मांग मुख्यमंत्री प्रकाश सिंह बादल ने संगत दर्शन दौरान आप दी कीती आलोचना कहा आप लोकां दे भले नहीं सगों अपने भले लई सब कुछ कर रही है पंजाब सरकार सिक्ख्या दे पद्धर नूं लैके गंभीर 568 स्कूल कीते गए अपग्रेड कहा सिक्ख्या मंत्री डॉक्टर दलजीत सिंह चीमा ने ਅਤੇ ਮਾਇਆਵਤੀ ਨੇ ਆਜ਼ਮਗੜ੍ਹ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ਲਿਆ ਨਿਸ਼ਾਨੇ ਤੇ ਕਿਹਾ ਬਸਪਾ ਵੱਲੋਂ ਰੱਦ ਕੀਤਾ ਮਾਲ ਲੈ ਰਹੀ ਹੈ ਭਾਜਪਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੇਜਰੀਵਾਲ ਪੰਜਾਬ 'ਚ ਆ ਕੇ ਰਹਿਣਾ ਚਾਹੇ ਤਾਂ ਰਹੇ ਮੈਨੂੰ ਉਸ ਦਾ ਕੋਈ ਡਰ ਨਹੀਂ ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਉਹ ਅੱਜ ਖਡੂਰ ਸਾਹਿਬ ਵਿੱਚ ਸੰਗਤ ਦਰਸ਼ਨ ਕਰਨ ਲਈ ਆਏ ਸਨ ਉਹਨਾਂ ਆਮ ਆਦਮੀ ਪਾਰਟੀ ਵਿੱਚ ਚੱਲ ਰਹੇ ਵਿਵਾਦਾਂ ਬਾਰੇ ਕਿਹਾ ਕਿ ਇਹ ਪਾਰਟੀ ਆਪਣੇ ਹੀ ਲੀਡਰਾਂ ਉੱਤੇ ਗੰਭੀਰ ਇਲਜ਼ਾਮ ਲਗਾ ਰਹੀ ਹੈ ਇਸ ਤੋਂ ਸਾਫ਼ ਹੈ ਕਿ ਇਹ ਲੋਕ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਆਪਣੇ ਲਈ ਸਭ ਕੁਝ ਕਰ ਰਹੇ ਹਨ ਪੰਜਾਬ ਦੇ ਖਜ਼ਾਨੇ ਖਾਲੀ ਹੋਣ ਬਾਰੇ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾਣ ਵਾਲੀ ਬਿਆਨਬਾਜ਼ੀ ਬਾਰੇ ਉਹਨਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਭਰੇ ਹਨ ਅਤੇ ਇਸ ਦਾ ਸਬੂਤ ਇਹ ਹੈ ਕਿ ਉਹਨਾਂ ਵੱਲੋਂ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਜ਼ਰੂਰਤ ਮੁਤਾਬਕ ਪੈਸੇ ਦਿੱਤੇ ਜਾਂਦੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਵਾਲੇ ਲੀਡਰਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪ੍ਰਗਟ ਸਿੰਘ ਤੇ ਬੁਲਾਰੀਆ ਦੀ ਵਾਪਸੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਵੱਲੋਂ ਅੱਜ ਤੱਕ ਇਹਨਾਂ ਦੋਨਾਂ ਲੀਡਰਾਂ ਨੂੰ ਕੁਝ ਨਹੀਂ ਕਿਹਾ ਗਿਆ ਪਰ ਉਹਨਾਂ ਵੱਲੋਂ ਹੀ ਵੱਖ ਵੱਖ ਸਮੇਂ ਤੇ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ SYL ਦਾ ਹੀ ਮਨਜ਼ੂਰੀ ਕਿਹਨੇ ਦਿੱਤੀ ਇੰਦਰਾ ਗਾਂਧੀ ਨੇ ਇਹਦੇ ਕੋਈ ਸ਼ੱਕ ਹੈ ਉਹਨੂੰ ਪੱਟਣ ਵਾਸਤੇ ਕੌਣ ਆਇਆ ਪਹਿਲਾਂ ਤਾਂ ਫੈਸਲਾ ਉਹਨੇ ਕੀਤਾ ਫਿਰ ਉਹਨਾਂ ਦੀ ਖੁਦਾਈ ਕਰਨ ਵਾਸਤੇ ਆਪ ਆਈ ਔਰ ਅਸੀਂ ਉੱਧਰ ਜੇਲ੍ਹਾਂ 'ਚ ਗਏ ਫਿਰ ਕਿਹੜਾ ਜਿਹੜਾ ਪੰਜਾਬ ਦਾ ਹਮਦਰਦ ਹੈ ਕਿਹੜਾ ਪੰਜਾਬ ਦਾ ਦੁਸ਼ਮਣ ਹੈ ਕੇਜਰੀਵਾਲ ਹੈ ਇਹਨੇ ਸੁਪਰੀਮ ਕੋਰਟ 'ਚ ਆਪਣੇ ਵਕੀਲ ਤੋਂ ਗਵਾਇਆ ਕਿ ਜੇ ਪੰਜਾਬ ਨੂੰ ਇਹ ਪਾਣੀ ਪੰਜਾਬ ਤੋਂ ਨਾ ਖੋਇਆ ਤਾਂ ਪੰਜਾਬ ਦੇ ਟੁਕੜੇ ਟੁਕੜੇ ਹੋ ਜਾਣਗੇ ਇਸ ਕਰਕੇ ਇਹ ਸਾਰੇ ਪੰਜਾਬ ਦੇ ਦੁਸ਼ਮਣ ਹਨ ਕਾਂਗਰਸ ਦੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਸੁਖਪਾਲ ਸਿੰਘ ਖਹਿਰਾ ਦੇ ਵਿਦੇਸ਼ਾਂ ਵਿੱਚੋਂ ਫੰਡਿੰਗ ਕੀਤੇ ਜਾਣ ਦੇ ਲਾਏ ਦੋਸ਼ਾਂ ਸੰਬੰਧੀ ਅੱਜ ਖਹਿਰਾ ਨੇ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਖਹਿਰਾ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕੈਪਟਨ ਨੂੰ ਦੋਸ਼ ਸਾਬਤ ਕਰਨ ਦੀ ਚੁਣੌਤੀ ਵੀ ਦਿੱਤੀ ਉਹਨਾਂ ਕਿਹਾ ਕਿ ਜਿੰਨਾ ਵੀ ਪੈਸਾ ਵਿਦੇਸ਼ਾਂ ਤੋਂ ਲਿਆ ਹੈ ਉਹ ਸਭ ਪਾਰਟੀ ਫੰਡ ਹੈ ਅਤੇ ਇੱਕ ਪੈਸਾ ਵੀ ਨਕਦੀ ਦੇ ਰੂਪ ਵਿੱਚ ਨਹੀਂ ਲਿਆ ਗਿਆ ਬਲਕਿ ਸਭ ਕੁਝ ਆਨਲਾਈਨ ਪਾਰਟੀ ਦੇ ਖਾਤੇ ਵਿੱਚ ਗਿਆ ਹੈ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਅਹੁਦੇ ਤੋਂ ਹਟਾਏ ਜਾਣ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਹਨਾਂ ਕਿਹਾ ਕਿ ਆਪ ਨੂੰ ਪੰਜਾਬ ਵਿੱਚ ਖੜਾ ਕਰਨ ਵਿੱਚ ਛੋਟੇਪੁਰ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਪਾਰਟੀ ਨੂੰ ਉਹਨਾਂ ਦੀ ਜ਼ਰੂਰਤ ਸੀ ਆਪ ਵੱਲੋਂ ਐਲਾਨੇ ਉਮੀਦਵਾਰਾਂ 'ਤੇ ਪਾਰਟੀ ਨੇਤਾਵਾਂ ਦੇ ਇਤਰਾਜ਼ ਦੇ ਮੁੱਦੇ 'ਤੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਇਸ ਦੀ ਸਮੀਖਿਆ ਹੋਣੀ ਚਾਹੀਦੀ ਹੈ ਦੇਖੋ ਮੈਂ ਅੱਜ ਇਹ ਕਹਿਣ ਆਇਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬਹੁਤ ਬੇਬੁਨਿਆਦ ਇਲਜ਼ਾਮ ਲਾਏ ਨੇ ਅਰਵਿੰਦ ਕੇਜਰੀਵਾਲ ਉੱਤੇ ਵੀ ਲਾਏ ਅਤੇ ਮੇਰੇ ਉੱਤੇ ਵੀ ਲਾਏ ਉਹਨਾਂ ਦੇ ਇਲਜ਼ਾਮ ਲਾਤਾ ਕਿ ਇਹ ਅਰਵਿੰਦ ਕੇਜਰੀਵਾਲ CIA ਅਮਰੀਕਾ ਦਾ ਏਜੰਟ ਹੈ ਔਰ ਨਾਲ ਕਹਿਤਾ ਕਿ ਜਿਹੜੀ ਇਹਨਾਂ ਦੀ NGO ਆ ਅਰਵਿੰਦ ਕੇਜਰੀਵਾਲ ਦੀ ਉਹਨੂੰ ਫੋਰਡ ਫਾਊਂਡੇਸ਼ਨ ਤੋਂ ਪੈਸੇ ਆਉਂਦੇ ਰਹੇ ਨੇ ਮੇਰੇ ਉੱਤੇ ਇਲਜ਼ਾਮ ਲਾਤਾ ਕਿ ਪਿੱਛੇ ਅਮਰੀਕਾ ਕਨੇਡਾ ਗਏ ਸੀ ਕਿ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਲੈ ਕੇ ਆਏ ਨੇ ਦੋਨੋਂ ਹੀ ਗੱਲਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਬੇਬੁਨਿਆਦ ਮਨ ਘੜਤ ਕਿਉਂਕਿ ਉਹਨਾਂ ਨੂੰ ਜਿੱਦਾਂ ਜ਼ਾਤੀ ਨਫ਼ਰਤ ਆ ਅਰਵਿੰਦ ਕੇਜਰੀਵਾਲ ਨਾਲ ਅਤੇ ਮੇਰੇ ਨਾਲ ਔਰ ਉਹਨਾਂ ਨੇ ਬੋਗਸ ਇਲਜ਼ਾਮ ਲਾ ਦਿੱਤੇ ਔਰ ਅਮਰਿੰਦਰ ਸਿੰਘ ਨੂੰ ਮਾੜੀ ਜਿਹੀ ਝਾਤ ਆਪਣੇ 'ਚ ਮਾਰ ਲੈਣੀ ਚਾਹੀਦੀ ਆ ਕਿ ਉਹਨਾਂ ਦੀ ਸਥਿਤੀ ਕੀ ਆ ਔਰ ਅਮਰਿੰਦਰ ਸਿੰਘ ਨੂੰ ਮੈਂ ਸੋ ਉਲਟਾ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਇਹਨਾਂ ਨੇ ਅਮਰੀਕਾ ਦੇ ਦੌਰੇ ਤੋਂ ਪਰਤਦਿਆਂ ਹੀ ਇਹਨਾਂ ਨੇ ਆਉਂਦਿਆਂ ਸਾਰ ਇੱਕ ਭਲੱਥ ਦਾ ਕੈਂਡੀਡੇਟ ਤਕਰੀਬਨ ਅਨਾਊਂਸ ਕਰਤਾ ਕੁਲਦੀਪ ਸਿੰਘ ਕੋ ਬੱਬਲ ਆ ਪਤਾ ਨਹੀਂ ਕੁਲਦੀਪ ਬੱਬਲ ਟਾਂਡੇ ਦਾ ਰਹਿਣ ਵਾਲਾ ਉਹਦੀ ਫੈਮਿਲੀ ਨਿਊ ਜਰਸੀ ਅਮੈਰੀਕਾ ਵਿੱਚ ਰਹਿੰਦੀ ਆ ਔਰ ਉੱਥੇ ਆਣ ਕੇ ਉਹਨੇ ਸ਼ੋਰ ਮਚਾਇਆ ਵਾ ਕਿ ਅਮਰਿੰਦਰ ਸਿੰਘ ਨਾਲ ਸਾਡੇ ਪੈਸੇ ਦਾ ਲੈਣ ਦੇਣ ਸੈਟਿੰਗ ਹੋ ਗਈ ਟਿਕਟ ਮੈਨੂੰ ਮਿਲਣੀ ਆ ਭਲੱਥ ਤੋਂ ਅਤੇ ਇਹ ਦੱਸ ਦੇਣ ਮੈਨੂੰ ਚੰਗੀ ਤਰ੍ਹਾਂ ਵੀ ਕਿੱਦਾਂ ਇਹ ਟਿਕਟਾਂ ਵੇਚ ਰਹੇ ਨੇ ਕਰੋੜਾਂ ਰੁਪਏ ਲੈ ਕੇ ਪਹਿਲਾਂ ਵੀ ਵੇਚਦੇ ਰਹੇ ਨੇ ਅਮੀਰ ਆਦਮੀਆਂ ਨੂੰ ਟਿਕਟਾਂ ਇਹਨਾਂ ਨੇ ਖਡੂਰ ਸਾਹਿਬ ਤੁਸੀਂ ਦੇਖ ਸਕਦੇ ਹੋ ਕਿੱਦਾਂ ਕਿੱਦਾਂ ਦੇ ਲੋਕਾਂ ਨੂੰ ਟਿਕਟਾਂ ਇਹਨਾਂ ਨੇ ਅਮਰਿੰਦਰ ਸਿੰਘ ਨੇ ਆਪਣੀ ਕਰੀਅਰ ਵਿੱਚ ਦਿੱਤੀਆਂ ਸੋ ਇਸ ਲਈ ਇਹ ਇਹਨਾਂ ਦਾ ਬੁਨਿਆਦ ਬੇਬੁਨਿਆਦ ਇਲਜ਼ਾਮ ਆ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਆਪ ਮੁਖੀ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ
ਅਤੇ ਨਾਲ ਹੀ ਉਹਨਾਂ ਭਾਰਤ ਦੇ ਚੋਣ ਕਮਿਸ਼ਨ ਨੂੰ ਪਾਰਟੀ ਵੱਲੋਂ ਲੋਕ ਪ੍ਰਤੀਨਿਧਤਾ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਨੋਟਿਸ ਲੈਣ ਤੇ ਜ਼ੋਰ ਦਿੱਤਾ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਆਪ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਇਹ ਖੁਲਾਸੇ ਉਸ ਵੇਲੇ ਕੀਤੇ ਗਏ ਹਨ ਜਦੋਂ ਆਪ ਸੁਪਰੀਮੋ ਕੇਜਰੀਵਾਲ ਵੱਲੋਂ ਪੰਜਾਬ ਵਿੱਚ 100 ਤੋਂ ਵੀ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਹੁਣ ਤੱਕ ਉਹਨਾਂ ਨੇ ਨਾ ਹੀ ਪਾਰਟੀ ਦਾ ਕੋਈ ਖਜ਼ਾਨਚੀ ਨਿਯੁਕਤ ਕੀਤਾ ਹੈ ਅਤੇ ਨਾ ਹੀ ਬੈਂਕ ਖਾਤਾ ਖੁਲਵਾਇਆ ਹੈ। ਇਸ ਕਰਕੇ ਸਪਸ਼ਟ ਹੈ ਕਿ ਪਾਰਟੀ ਆਗੂਆਂ ਵੱਲੋਂ ਇਕੱਠਾ ਕੀਤਾ ਜਾ ਰਿਹਾ ਧਨ ਕਿਸੇ ਵੀ ਵਿੱਤੀ ਆਡਿਟ ਦੀ ਪ੍ਰਕਿਰਿਆ ਵਿੱਚੋਂ ਨਹੀਂ ਲੰਘੇਗਾ। ਇਸ ਕਰਕੇ ਛੋਟੇਪੁਰ ਦੇ ਖੁਲਾਸਿਆਂ ਦਾ ਨੋਟਿਸ ਵਿਜੀਲੈਂਸ ਬਿਊਰੋ ਨੂੰ ਵੀ ਲੈਣਾ ਬਣਦਾ ਹੈ ਅਤੇ ਆਪ ਦੇ ਸੀਨੀਅਰ ਲੀਡਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਨਾਭਾ ਬਲਾਕ ਦੇ ਪਿੰਡ ਲੋਟ ਵਿਖੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਉਦਘਾਟਨ ਕੀਤਾ ਅਤੇ ਸਕੂਲ ਨੂੰ 26 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਇਸ ਮੌਕੇ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ 568 ਸਕੂਲ ਅਪਗ੍ਰੇਡ ਕੀਤੇ ਹਨ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੇ 32 ਸਕੂਲ ਸ਼ਾਮਲ ਹਨ। ਇਸ ਮੌਕੇ ਉਹਨਾਂ ਕਿਹਾ ਕਿ ਜੋ 2017 ਵਿੱਚ ਅਧਿਆਪਕਾਂ ਦੀ ਰਿਟਾਇਰਮੈਂਟ ਹੋਣੀ ਹੈ ਉਹਨਾਂ ਦੀ ਥਾਂ 'ਤੇ ਪਹਿਲਾਂ ਹੀ ਭਰਤੀ ਦਾ ਕੰਮ ਚੱਲ ਰਿਹਾ ਹੈ। ਰਮਸਾ ਅਧਿਆਪਕਾਂ ਨੂੰ ਪੱਕੇ ਕਰਨ ਦੇ ਸੰਬੰਧ ਵਿੱਚ ਚੀਮਾ ਨੇ ਕਿਹਾ ਕਿ UPA ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ। ਇਸ ਦਾ ਕੇਸ ਅਸੀਂ ਭਾਰਤ ਸਰਕਾਰ ਨੂੰ ਭੇਜ ਦਿੱਤਾ ਹੈ ਤਾਂ ਜੋ ਰਮਸਾ ਅਧਿਆਪਕਾਂ ਨੂੰ ਕੁਝ ਰਾਹਤ ਮਿਲ ਸਕੇ। ਨਾਭਾ ਡਾਇਟ ਵਿੱਚ ਪ੍ਰਿੰਸੀਪਲ ਦੀ ਸੀਨੀਓਰਿਟੀ ਨੂੰ ਲੈ ਕੇ ਅਤੇ ਡਾਇਟ ਵਿੱਚ ਹੋਏ ਫੰਡਾਂ ਦੀ ਦੁਰਵਰਤੋਂ ਨੂੰ ਲੈ ਕੇ ਡਾਕਟਰ ਚੀਮਾ ਨੇ ਕਿਹਾ ਕਿ ਜੋ ਜਾਂਚ ਹੋਈ ਹੈ ਉਸ ਵਿੱਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਕਿ ਉਹ ਪ੍ਰਿੰਸੀਪਲ ਹੀ ਕਿਉਂ ਨਾ ਹੋਵੇ। ਪਟਿਆਲੇ ਜ਼ਿਲ੍ਹੇ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਟੋਟਲ 32 ਸਕੂਲ ਪਟਿਆਲੇ ਦੇ ਜਿਹੜੇ ਆ ਉਹ ਅਪਗ੍ਰੇਡ ਕੀਤੇ ਗਏ, ਜਿਹਦੇ ਵਿੱਚੋਂ 9 ਸਕੂਲ 8ਵੀਂ ਤੋਂ 10ਵੀਂ ਤੱਕ ਅਤੇ 23 ਸਕੂਲ ਜਿਹੜੇ ਆ ਉਹ 10ਵੀਂ ਤੋਂ 12ਵੀਂ ਤੱਕ ਅਪਗ੍ਰੇਡ ਕੀਤੇ, ਔਰ ਸਾਰੇ ਪੰਜਾਬ ਦੇ ਵਿੱਚ 400 ਸਕੂਲ ਜਿਹੜਾ ਸੀ ਉਹਨੂੰ ਪਲੱਸ 2 ਕੀਤਾ, ਔਰ 168 ਸਕੂਲ ਜਿਹੜੇ ਆ ਉਹ ਮਿਡਲ ਤੋਂ ਹਾਈ ਤੱਕ ਅਸੀਂ ਅਪਗ੍ਰੇਡ ਕੀਤੇ। ਪ੍ਰਮੋਸ਼ਨ 2200 ਸਾਡੇ ਜਿਹੜੇ ਲੈਕਚਰਰ ਆ ਉਹਨਾਂ ਦਾ ਕੱਲ੍ਹ ਅਸੀਂ ਕੰਪਲੀਟ ਕਰਕੇ ਚੋਇਸ ਦੇ ਸਟੇਸ਼ਨ ਜਿਹੜੇ ਆ ਉਹ ਦਿੱਤੇ ਪ੍ਰਿੰਸੀਪਲਾਂ ਦੇ, ਇਸ ਤੋਂ ਪਹਿਲਾਂ ਦਿੱਤੀਆਂ ਹੈੱਡਮਾਸਟਰ ਦੇ ਵੀ ਦਿੱਤੇ, ਹੁਣ 4500 ਜਿਹੜਾ ਹੈੱਡ ਟੀਚਰ ਆ ਪੰਜਾਬ ਦੇ ਵਿੱਚ ਪ੍ਰਾਇਮਰੀ ਦਾ ਉਹਦੇ ਪ੍ਰਮੋਸ਼ਨ ਦੇ ਆਰਡਰ ਜਿਹੜੇ ਡਿਸਟ੍ਰਿਕਟ ਲੈਵਲ ਦੇ ਉੱਤੇ ਲਗਾਤਾਰ ਹੋ ਰਿਹਾ, ਇਸ ਹਫ਼ਤੇ ਮੁਕੰਮਲ ਕਰਦੇ ਹਨ। 77 BOs ਦੇ ਆਰਡਰ ਉਹ ਕੱਲ੍ਹ ਅਸੀਂ ਜਿਹੜੇ ਸਾਈਟ ਦੇ ਉੱਤੇ ਪ੍ਰਮੋਸ਼ਨ ਕਰਕੇ ਪਾ ਦਿੱਤੇ, ਉਹਨਾਂ ਨੂੰ 4-5 ਦਿਨਾਂ ਤੱਕ ਅਸੀਂ ਸਟੇਸ਼ਨ ਅਲੋਟਮੈਂਟ ਜਿਹੜੀ ਆ ਉਹ ਕਰਦੇ ਹਾਂ। ਹੁਣ ਜਿਹੜਾ ਨਵੇਂ ਸਕੂਲ ਅਪਗ੍ਰੇਡ ਹੋਏ ਆ ਇੱਥੇ 400 ਪ੍ਰਿੰਸੀਪਲ ਨਵਾਂ ਲੱਗਣਾ, ਉਹ 'ਚੋਂ 75% ਪ੍ਰਮੋਸ਼ਨ ਕੋਟਾ ਉਹਨਾਂ ਦੇ ਅਸੀਂ ਕੇਸ ਕਾਲ ਕਰ ਲਏ ਆ, ਨਾਲ ਦੀ ਨਾਲ ਉਹਨਾਂ ਦੀਆਂ ਪ੍ਰਮੋਸ਼ਨਾਂ ਵੀ ਕਰ ਦਿਆਂਗੇ ਜਿੱਥੇ ਹੈੱਡਮਾਸਟਰ ਦੀਆਂ ਹੋਣ ਵਾਲੀਆਂ ਉਹ ਵੀ ਕਰ ਦਿਆਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਦੇ 23ਵੇਂ ਐਡੀਸ਼ਨ 'ਚ ਦੇਸ਼ ਵਾਸੀਆਂ ਨੂੰ ਰੇਡੀਓ ਰਾਹੀਂ ਸੰਬੋਧਨ ਕਰਦੇ ਹੋਏ ਕਸ਼ਮੀਰ ਦੀ ਸਥਿਤੀ, ਓਲੰਪਿਕ ਖੇਡਾਂ ਅਤੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਧਿਆਨ ਚੰਦ ਦੇ 29 ਅਗਸਤ ਨੂੰ ਜਨਮ ਦਿਵਸ 'ਤੇ ਵਧਾਈ ਵੀ ਦਿੱਤੀ। ਉਹਨਾਂ ਨੇ ਕਸ਼ਮੀਰ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਕਿਹਾ ਕਿ ਜੋ ਲੋਕ ਕਸ਼ਮੀਰ ਵਿੱਚ ਨੌਜਵਾਨਾਂ ਨੂੰ ਪੱਥਰਬਾਜ਼ੀ ਕਰਨ ਲਈ ਉਕਸਾ ਰਹੇ ਹਨ ਉਹਨਾਂ ਨੂੰ ਇੱਕ ਦਿਨ ਇਸ ਦਾ ਜਵਾਬ ਦੇਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਕਸ਼ਮੀਰ ਮਸਲੇ 'ਤੇ ਸਾਰੇ ਸਿਆਸੀ ਦਲ ਇੱਕ ਹਨ। ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਦਰ ਟੈਰੀਸਾ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਮਦਰ ਟੈਰੀਸਾ ਨੂੰ 4 ਸਤੰਬਰ ਨੂੰ ਸੰਤ ਦੀ ਉਪਾਧੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਮੌਕੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਅਗਵਾਈ 'ਚ ਭਾਰਤ ਸਰਕਾਰ ਦਾ ਇੱਕ ਦਲ ਵੀ ਵੈਟੀਕਨ ਸਿਟੀ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਦਰ ਟੈਰੀਸਾ ਦਾ ਸਨਮਾਨ ਭਾਰਤ ਦਾ ਸਨਮਾਨ ਹੈ ਅਤੇ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਵਿਸ਼ਵ ਹਿੰਦੂ ਪਰਿਸ਼ਦ ਭੜ ਗਈ ਹੈ ਅਤੇ ਮੋਦੀ ਦੀ ਜੰਮ ਕੇ ਆਲੋਚਨਾ ਕੀਤੀ ਗਈ ਹੈ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਆਜ਼ਮਗੜ੍ਹ ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਦਾ ਸੰਸਦੀ ਖੇਤਰ ਹੈ। ਪਿਛਲੀਆਂ ਰੈਲੀਆਂ ਦੀ ਤਰ੍ਹਾਂ ਇਸ ਵਾਰ ਵੀ ਮਾਇਆਵਤੀ ਨੇ ਭਾਜਪਾ ਅਤੇ ਸੱਤਾਧਾਰੀ ਸਮਾਜਵਾਦੀ ਪਾਰਟੀ ਵਿਚਕਾਰ ਚੁੱਪ ਚੁਪੀਤੇ ਗੱਠਜੋੜ ਹੋਣ ਦੇ ਦੋਸ਼ ਲਗਾਏ। ਮਾਇਆਵਤੀ ਨੇ ਕਿਹਾ ਕਿ ਭਾਜਪਾ ਅਤੇ ਸਮਾਜਵਾਦੀ ਪਾਰਟੀ ਧਰਮ ਦੀ ਆੜ ਵਿੱਚ ਰਾਜਨੀਤੀ ਕਰਦੀ ਹੈ ਅਤੇ ਬਸਪਾ ਵਿਰੁੱਧ ਸਾਜਿਸ਼ ਰਚ ਰਹੀ ਹੈ। ਉਹਨਾਂ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪਾਰਟੀ ਉੱਤਰ ਪ੍ਰਦੇਸ਼ 'ਚ 37 ਸਾਲ ਤੱਕ ਸੱਤਾ ਵਿੱਚ ਰਹੀ ਪਰੰਤੂ ਕੋਈ ਕੰਮ ਨਹੀਂ ਕੀਤਾ, ਜਿਸ ਕਰਕੇ ਨਾ ਸਿਰਫ ਕੇਂਦਰ ਬਲਕਿ ਸੂਬੇ ਦੀ ਸੱਤਾ ਵਿੱਚੋਂ ਵੀ ਬਾਹਰ ਹੈ। ਭਾਜਪਾ ਨੂੰ ਲੰਬੇ ਹੱਥੀ ਲੈਂਦਿਆਂ ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਬਹੁਜਨ ਸਮਾਜ ਪਾਰਟੀ ਤੋਂ ਕੱਢੇ ਗਏ ਨੇਤਾਵਾਂ ਨੂੰ ਬਿਨਾਂ ਜਾਂਚ ਪੜਤਾਲ ਦੇ ਸ਼ਾਮਲ ਕਰ ਰਹੀ ਹੈ। ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਨੇੜੇ ਬਿਜਲੀ ਘਰ ਟਾਂਡਾ ਵਿਖੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ 'ਚ ਸਮੂਹ ਹਲਕਾ ਟਾਂਡਾ ਦੇ ਕਾਂਗਰਸੀ ਵਰਕਰਾਂ ਵੱਲੋਂ ਰਾਸ਼ਟਰੀ ਰਾਜਮਾਰਗ 'ਤੇ ਜਾਮ ਲਗਾਇਆ ਗਿਆ। ਇਹ ਜਾਮ ਸਰਕਾਰ ਦੀ ਸ਼ਹਿ 'ਤੇ ਬੀਤੇ ਦਿਨ ਕਾਂਗਰਸ ਪਾਰਟੀ ਦੀ ਉੜਮੁੜ ਵਿਖੇ ਹੋਈ ਮੀਟਿੰਗ 'ਚ ਕੁਝ ਲੋਕਾਂ ਵੱਲੋਂ ਹੁੱਲੜਬਾਜ਼ੀ ਕਰਨ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਲਗਾਇਆ ਗਿਆ ਹੈ। ਅੱਜ ਇਹ ਧਰਨਾ ਜਿਹੜਾ ਮੇਰਾ
इस हल्के से लगा है। जी डी रोड से मैं लाया जरा, ये मैं बड़ा बेबस होकर लाया, मैं अपने खतरे को अपनी जान को बचाने वास्ते लाया। जे इसका मैं इंसाफ ना मिले तो मैं तीन दिन का एस पी साहब आए थे, तीन दिन का टाइम लिया। लहरा गागा विखे नशियां दे खिलाफ शहीद भगत सिंह एंटी ड्रग्स फाउंडेशन संगरूर वालों हुण तां जागो नशे त्यागो तहत एक प्रोग्राम अनिल कुमार की अगवाई विच करवाया गया, जिस विच संस्था आगू हरविंदर सिंह खालसा सरप्रस्त राजकुमार प्यारा सिंह ने कहा कि पंजाब दे अंदर साडी संस्था वालों नशियां नूं खत्म करन लई एक मुहिम चलाई गई है। हर पिंड अते हर शहर विच नौजवानां नूं जागरूक करन लई इह प्रोग्राम करवाए जा रहे हन। उन्हां कहा कि आउंदियां विधानसभा चोणां च उम्मीदवारां दे डोप टैसट करवाए जाण अते नशा मुक्त व्यक्तियों ही टिकटां दित्तियां जाण। फाउंडेशन दे आगुआं ने कहा कि जेकर किसी नूं कोई भी किसी तरह का नशा वेचदा मिलता है तुरंत उन्हां नूं इतलाह दित्ती जाए, पुलिस प्रशासन की मदद नाल दोषी खिलाफ तुरंत कार्रवाई की जाएगी। लहरा गागा विखे नशे के विरुद्ध एक मुहिम छेड़न आया। साडी जथेबंदी का सिर्फ एक ही मकसद है भी जिहड़ा नशा है वह साडे पंजाब चों दूर होवे। लीडरां दे बयानां तां नाल नहीं, असीं हकीकत करके दिखाउंदे आं। अज पंजाब दे विच मुलाजम वास्ते डॉप टैस्ट पंजाब ने लागू किया है। असीं कहिंदे जे पंजाब च नौजवानां नूं नौकरी वास्ते डॉप टैस्ट है, साडे जिहड़े लीडर ने चेते ने उहनां दा भी डॉप टैस्ट होना चाहिए है। पिछले दिन ही सुखबीर जी ने कहा सी भगवंत मान बहुत नशेई है, उन्हें एक ऐलान किया भी डॉप टैस्ट सब दे हो जाण जिन्हें 545 मैंबर पार्लीमेंट ने, जिहड़ा डॉप टैस्ट तों बाहर निकलना चाहिए बहुत वधिया बयान दा। पर इन्हां नूं साडे लीडरां नूं चाहिदा है भी नशा रहित करने वास्ते पहला खुद इन्हां नूं नशे तों रहित होना चाहिए, तद ही साडी समाज है नशा रहित हो सकता है। ਭੂ ਮਾਤਾ ਬ੍ਰਿਗੇਡ ਦੀ ਮੁਖੀ ਤ੍ਰਿਪਤੀ ਦੇਸਾਈ ਨੇ ਅੱਜ ਔਰਤਾਂ ਦੇ ਨਾਲ ਹਾਜ਼ੀ ਅਲੀ ਦਰਗਾਹ 'ਚ ਪ੍ਰਵੇਸ਼ ਕੀਤਾ। ਬੰਬੇ ਹਾਈ ਕੋਰਟ ਨੇ ਪਿਛਲੇ ਦਿਨੀ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਪ੍ਰਸਿੱਧ ਹਾਜ਼ੀ ਅਲੀ ਦਰਗਾਹ 'ਚ ਔਰਤਾਂ ਦੇ ਪ੍ਰਵੇਸ਼ ਨੂੰ ਇਜਾਜ਼ਤ ਦੇ ਦਿੱਤੀ ਸੀ। ਇਸ ਫੈਸਲੇ 'ਤੇ ਤ੍ਰਿਪਤੀ ਦੇਸਾਈ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਜ਼ਿਕਰਯੋਗ ਹੈ ਕਿ ਹਾਜ਼ੀ ਅਲੀ ਦਰਗਾਹ ਦੇ ਗਰਭਗ੍ਰਹਿ 'ਚ ਔਰਤਾਂ ਦੇ ਪ੍ਰਵੇਸ਼ 'ਤੇ ਸਾਲ 2011 ਤੋਂ ਪਾਬੰਦੀ ਲੱਗੀ ਹੋਈ ਸੀ। ਹਿਜਬੁਲ ਮੁਜਾਹਿਦੀਨ ਦੇ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਦੇ ਪਿਤਾ ਮੁਜ਼ੱਫਰ ਵਾਨੀ ਨੇ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਮੁਲਾਕਾਤ ਕੀਤੀ। ਸ਼੍ਰੀ ਸ਼੍ਰੀ ਨੇ ਟਵਿੱਟਰ 'ਤੇ ਆਪਣੀ ਅਤੇ ਬੁਰਹਾਨ ਦੇ ਪਿਤਾ ਦੀ ਤਸਵੀਰ ਪੋਸਟ ਕੀਤੀ। ਉਹਨਾਂ ਨੇ ਲਿਖਿਆ ਕਿ ਮੁਜ਼ੱਫਰ ਵਾਨੀ 2 ਦਿਨ ਆਸ਼ਰਮ 'ਚ ਰਹੇ ਅਤੇ ਉਹਨਾਂ ਨੇ ਕਈ ਮਸਲਿਆਂ 'ਤੇ ਗੱਲ ਕੀਤੀ। ਉੱਥੇ ਹੀ ਬੁਰਹਾਨ ਵਾਨੀ ਦੇ ਪਿਤਾ ਨੇ ਕਿਹਾ ਕਿ ਉਹ ਕਿਸੇ ਬਿਮਾਰੀ ਦੇ ਇਲਾਜ ਲਈ ਆਸ਼ਰਮ 'ਚ ਰਹੇ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ 'ਚ 8 ਜੁਲਾਈ ਨੂੰ ਭਾਰਤੀ ਸੈਨਾ ਹੱਥੋਂ ਬੁਰਹਾਨ ਵਾਨੀ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਕਸ਼ਮੀਰ 'ਚ ਅਜੇ ਤੱਕ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ ਅਤੇ ਹਿੰਸਾ ਜਾਰੀ ਹੈ। ਕਾਮਯਾਬੀ ਦੀ ਇੱਕ ਹੋਰ ਛਲਾਂਗ ਲਗਾਉਂਦੇ ਹੋਏ ਇਸਰੋ ਨੇ ਅੱਜ ਐਡਵਾਂਸ ਟੈਕਨੋਲੋਜੀ ਵਹੀਕਲ ਦਾ ਸਫਲ ਤਜਰਬਾ ਕੀਤਾ। ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਖੋਜ ਕੇਂਦਰ ਤੋਂ ਅੱਜ ਸਵੇਰੇ 6 ਵਜੇ 3 ਟਨ ਵਜ਼ਨ ਦੇ ਸਾਊਂਡਿੰਗ ਰਾਕੇਟ RH-560 ਸੁਪਰਸੋਨਿਕ ਕੰਬਸ਼ਨ ਰੈਮਜੈੱਟ ਨੇ ਉਡਾਨ ਭਰੀ। ਇਸ ਸਫਲ ਪ੍ਰੀਖਣ ਤੋਂ ਬਾਅਦ ਹੁਣ ਸੈਟੇਲਾਈਟ ਦੇ ਲਾਂਚ 'ਤੇ ਆਉਣ ਵਾਲੇ ਖਰਚ 'ਚ ਕਟੌਤੀ ਕੀਤੀ ਜਾ ਸਕੇਗੀ। ਇਸ ਦੀ ਮਦਦ ਨਾਲ ਬਾਲਣ 'ਚ ਆਕਸੀਡਾਈਜ਼ਰ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕੇਗਾ, ਜਿਸ ਨਾਲ ਲਾਗਤ ਘੱਟ ਹੋ ਜਾਵੇਗੀ। ਬ੍ਰਿਟੇਨ ਵਿੱਚ ਭਾਰਤੀ ਮੂਲ ਦੇ 16 ਸਾਲਾ ਲੜਕੇ ਨੇ ਛਾਤੀਆਂ ਦੇ ਕੈਂਸਰ ਦੇ ਸਭ ਤੋਂ ਖਤਰਨਾਕ ਰੂਪ ਦੇ ਇਲਾਜ ਦਾ ਤਰੀਕਾ ਖੋਜਣ ਦਾ ਦਾਅਵਾ ਕੀਤਾ ਹੈ। ਛਾਤੀਆਂ ਦੇ ਕੈਂਸਰ ਦੇ ਇਸ ਰੂਪ 'ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ। ਆਪਣੇ ਮਾਤਾ ਪਿਤਾ ਨਾਲ ਭਾਰਤ ਤੋਂ ਆ ਕੇ ਬ੍ਰਿਤਾਨੀਆ ਵਸਣ ਵਾਲੇ ਕਰਤੀਨ ਨਿਤਿਆਨੰਦਮ ਨੇ ਉਮੀਦ ਜਤਾਈ ਹੈ ਕਿ ਉਸਨੇ ਟ੍ਰਿਪਲ ਨੈਗੇਟਿਵ ਛਾਤੀਆਂ ਦੇ ਕੈਂਸਰ ਨੂੰ ਉਸ ਅਵਸਥਾ ਵਿੱਚ ਪਹੁੰਚਾਉਣ ਦਾ ਤਰੀਕਾ ਖੋਜ ਲਿਆ ਹੈ ਜਿੱਥੇ ਪਹੁੰਚ ਕੇ ਉਸ 'ਤੇ ਦਵਾਈਆਂ ਦਾ ਅਸਰ ਹੋ ਸਕੇ ਅਤੇ ਫਿਰ ਉਸ ਦਾ ਇਲਾਜ ਕੀਤਾ ਜਾ ਸਕੇ। ਛਾਤੀਆਂ ਦੇ ਕੈਂਸਰ ਦੇ ਕਈ ਰੂਪਾਂ ਦਾ ਦਵਾਈਆਂ ਨਾਲ ਪ੍ਰਭਾਵੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ, ਪਰ ਟ੍ਰਿਪਲ ਨੈਗੇਟਿਵ ਛਾਤੀਆਂ ਦੇ ਕੈਂਸਰ ਦਾ ਇਲਾਜ ਸਿਰਫ ਸਰਜਰੀ, ਰੇਡੀਏਸ਼ਨ ਅਤੇ ਕੀਮੋਥੈਰੇਪੀ ਆਦਿ ਰਾਹੀਂ ਹੀ ਕੀਤਾ ਜਾਂਦਾ ਹੈ, ਜਿਸ ਨਾਲ ਰੋਗੀ ਦੇ ਜ਼ਿੰਦਾ ਬਚਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਉਸਨੇ ਦੱਸਿਆ ਕਿ ਉਸ ਦੀ ਖੋਜ ਦੇ ਕਾਫੀ ਸਾਰਥਕ ਨਤੀਜੇ ਨਿਕਲੇ ਹਨ। ਉਹਨਾਂ ਅਨੁਸਾਰ ਅਸਲ ਵਿੱਚ ਕੈਂਸਰ ਦਾ ਇਲਾਜ ਉਸ ਦੇ ਤੇਜ਼ੀ ਨਾਲ ਵੱਧਦੇ ਸੈੱਲਾਂ ਨੂੰ ਰੋਕਣ ਨਾਲ ਹੁੰਦਾ ਹੈ। ਇੱਕ ਵਾਰ ਕੈਂਸਰ ਦੇ ਸੈੱਲਾਂ ਨੂੰ ਰੋਕ ਦਿੱਤੇ ਜਾਣ ਤੋਂ ਬਾਅਦ ਇਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਅੰਗ ਦਾਨ ਕਰਨ ਦੀ ਇੱਕ ਮੁਹਿੰਮ ਦੇ ਤਹਿਤ ਨਾਨਾਵਤੀ ਹਸਪਤਾਲ ਪਹੁੰਚੇ, ਜਿੱਥੇ ਉਹਨਾਂ ਨੂੰ ਹਸਪਤਾਲ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ। ਇਸ ਸਮੇਂ ਉਹਨਾਂ ਕਿਹਾ ਕਿ ਇਨਸਾਨੀਅਤ ਦੇ ਨਾਤੇ ਹਰ ਵਿਅਕਤੀ ਨੂੰ ਆਪਣੇ ਅੰਗ ਦਾਨ ਕਰਨੇ ਚਾਹੀਦੇ ਹਨ। ਰਵੀਨਾ ਨੇ ਅੰਗ ਦਾਨ ਕਰਨ ਵਾਲਿਆਂ ਨੂੰ ਉਤਸ਼ਾਹਿਤ ਵੀ ਕੀਤਾ।
ये एक चीज़ है जो एक्चुअली एक्सपेंशन है, क्योंकि ब्रांड एम्बेसडर मैं करीब 4 साल पहले बन चुकी थी। मैं ऑलरेडी अपने ऑर्गन्स प्लेज कर चुकी हूँ, मैंने अपने काफ़ी दोस्तों को भी इनक्रेज किया है, परिवार प्लेज कर चुका है। तो ये एक चीज़ है जिसमें मैं बहुत ही स्ट्रांगली बिलीव करती हूँ, विश्वास करती हूँ। आई थिंक इट्स वेरी इंपॉर्टेंट कि हम जब तक हैं और जब तक नहीं हैं, तो उसके आगे भी अगर हम किसी की ज़िंदगियों में खुशियाँ डाल सकते हैं, किसी के परिवार में खुशियाँ डाल सकते हैं, जो अपने नियर डियर वंस को बस उन्हीं लम्हों में खो देने वाले हैं, चाहे एक ऑर्गन अवेलेबल नहीं है, जो ये बहुत बड़ी क्राइसिस है। क्योंकि हमारी जो पॉपुलेशन है वो बहुत ही बड़ी है, और जो स्टेटिस्टिक्स दिखाते हैं कि ऑर्गन डोनेशन एक बहुत ही कम ही इस्तेमाल यू नो कॉज है, जिसमें इतना ध्यान नहीं दिया जा रहा है हमारे देश में। बहुत सारी जानें बच सकती हैं अगर हम इसे सीरियसली इसकी अवेयरनेस बढ़ाएं और इसका उपयोग करें। तो इस दाल ही अजीत खबर का अज का बुलेटिन इतने खत्म होंदा है। कल तुहाड़ी खिदमत विच ताज़ा तरीन खबर का एक होर बुलेटिन लैके फिर हाजिर होवांगे। तद तक के लिए वेखते रहो अजीत वैब टीवी।